ਜੀ ਨਮਸਤੇ ਟੀਵੀ ਪੰਜਾਬ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਵਿਧਾਨ ਸਭਾ ਇਲੈਕਸ਼ਨ ਪੰਜਾਬ 2022 ਜਿਹੜਾ ਹੈ ਉਹ ਹੁਣ ਪੂਰੇ ਤਰੀਕੇ ਨਾਲ ਸਿਰ ਤੇ ਆ ਚੁੱਕਿਆ। ਲੇਕਿਨ ਕਾਂਗਰਸ ਦੇ ਲਈ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ। ਗੱਲ ਅਗਰ ਜਗਮੋਨ ਸਿੰਘ ਕੰਗਦੀ ਕੀਤੀ ਜਾਵੇ ਤਾਂ ਅਜਿਹੇ ਲੀਡਰ ਜਿਹੜੇ ਕਾਂਗਰਸ ਪਾਰਟੀ ਦੇ ਲਈ ਵਰਦਾਨ ਬਣ ਕੇ ਰਾਜਨੀਤੀ ਚੁੱਭਰੇ ਸਨ ਜਿਨ੍ਹਾਂ ਨੇ ਪੰਜਾਬ ਚ ਕਾਂਗਰਸ ਨੂੰ ਨਵਾਂ ਜੀਵਨ ਦਿੱਤਾ ਅੱਜ ਉਹਨਾਂ ਦੀ ਟਿਕਟ ਕੱਟਣ ਕਰਕੇ ਜਿਹੜਾ ਹੈਗਾ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਵਿੱਚ ਦਰਦ ਹੈ। ਉਸੇ ਦਰਦ ਦੇ ਨਾਲ ਅਤੇ ਅਗਲਾ ਉਹਨਾਂ ਦਾ ਸਟੈਪ ਕੀ ਹੋਏਗਾ ਇਹਦੇ ਉੱਤੇ ਅਸੀਂ ਗੱਲਬਾਤ ਕਰਨ ਲਈ ਉਹਨਾਂ ਦੇ ਵੱਲ ਵਾਤੇ ਆਂ ਜੀ ਕੰਗ ਸਾਬ ਪੰਜਾਬ ਚ ਕਾਂਗਰਸ ਨੂੰ ਖੜਾ ਕਰਨ ਦਾ ਜਿਹੜਾ ਸੇਰਾ ਹੈਗਾ ਉਹ ਕਿਤੇ ਨਾ ਕਿਤੇ ਤੁਹਾਡੇ ਸਿਰ ਵੀ ਜਾਂਦਾ ਦਿਨ ਰਾਤ ਤੁਸੀਂ ਕੀਤਾ ਤੇ ਅੰਨਾ ਲੰਬਾ ਅਰਸਾ ਪਾਰਟੀ ਚ ਹੰਡਾਇਆ ਤੇ ਅੱਜ ਜੋ ਵਾਪਰ ਰਹੀ ਹੈ ਪਾਰਟੀ ਵੱਲੋਂ ਜੋ ਜਗਮਉਨ ਸਿੰਘ ਕੰਗ ਨਾਲ ਕੀਤਾ ਜਾ ਰਿਹਾ ਹੈ ਉਹਦੇ ਤੇ ਕੀ ਰਾਏ ਰੱਖਦੇ ਆਂ ਇਹ ਉਹ ਪੰਜਾਬ ਚ ਖੜਾ ਕਰਨ ਦਾ ਸੇਰਾ ਮੈਂ ਨਿਮਾਣਾ ਜਿਹਾ ਦਾਸ ਹੋ ਸਕਦਾ ਪਰ ਸਾਡੇ ਪੁਰਾਣੇ ਬਹੁਤ ਮਹਾਨ ਲੀਡਰ ਪ੍ਰਤਾਪ ਸਿੰਘ ਕਹਿਰੋਂ ਗਿਆਨੀ ਜੈਲ ਸਿੰਘ ਸਵਰਗੀ ਬਿਰਨ ਸਿੰਘ ਪੁਰਾਣੇ ਸਾਡੇ ਮੇਰੇ ਸਭ ਨਾਲ ਮੈਂ ਕੰਮ ਕੀਤਾ ਹਿੱਤ ਇਸ ਕਰਕੇ ਮੈਂ ਕਾਂਗਰਸ ਜੁੜਿਆ ਰਹੇ ਹਾਂ ਆਪਣਾ 74 ਤੋਂ ਮਨੂੰ ਅੱਜ 47 ਸਾਲ ਹੋ ਗਏ ਪਰ ਮੈਂ ਹਮੇਸ਼ਾ ਅਰ ਮੈਂ ਹਮੇਸ਼ਾ 파ਰਟੀ ਨਾਲ ਰਿਹਾ ਕਦੇ ਪਿੱਛੇ ਨਹੀਂ ਮੈਂ ਹਟਿਆ ਪਰ ਇਸ ਵਾਰ ਪਾਰਟੀ ਨੇ ਮੇਨੂੰ ਧੋਖਾ ਕੀਤਾ ਹੈ ਚੰਨੀ ਚੰਨੀ ਨੇ ਜੋ ਮੁਖਮੰਦੀਖ ਅਖੋਤੀ ਮੁਖਮੰਦੀ ਮੈਂ ਕਹਾਂਗਾ ਉਹਨੇ ਜੋ ਦਰੋਹ ਕੀਤਾ ਮੇਨਾ ਕਮਾਇਆ ਬਿਨਾਂ ਕਿਸੇ ਗੱਲ ਤੋਂ ਕੋਈ ਗੱਲ ਨਹੀਂ ਸੀ ਬਾਤ ਨਹੀਂ ਸੀ ਮੇਰਾ ਬੇਟਾ ਦੇਖੋ ਗਿਆ ਵੀ ਗਿਆ ਚੰਨੀ ਜੀ ਤੁਹਾ ਦਾ ਪਪਾ ਅੰਦਰ ਆ ਗਿਆ ਮੇਨਾ ਨਹੀਂ ਨਹੀਂ ਕੋਈ ਗੱਲ ਨਹੀਂ ਆ ਦੇਖਾਂਗਾ ਤੇਰੇ ਪਪਾ ਮੈਨੂੰ ਸਮਝ ਨਹੀਂ ਕੁਝ ਨਹੀਂ ਹੈ ਦਸਵਕ ਸੀਏ ਮੈਂ ਕਹ ਰਿਹਾ ਫਿਰ ਬੇਟੇ ਨੇ ਫੋਨ ਕੀਤਾ ਕਹਿੰਦਾ ਥੋੜਾ ਕੰਡਕਟਿੰਗ ਨਹੀਂ ਹੈ ਉਹ ਕੰਡਕਟ ਤੂੰ ਪ੍ਰਿੰਸੀਪਲ ਹੈ ਕੰਡਕਟਿੰਗ ਨਹੀਂ ਹੈ ਸਿਧਾਈ ਦੱਸ ਤਾਂ ਕੰਡਕਟ ਨੂੰ ਕੰਡਕਟ ਦਾ ਫੈਸਲਾ ਕਰਨਾ ਧਰਤੀ ਚੰਕੌਰ ਸਾਹਿਬ ਨੇ ਮੇਰਾ ਚੰਗਾ ਕਿ ਉਹਦਾ ਚੰਗਾ ਤੇ ਮੈਨੂੰ ਸੁਨੇਹਾ ਆ ਰਹੇ ਆ ਕਿ ਕੰਗਸਾ ਆਪਾਂ ਪਧੌੜ ਚੱਲਣਾ ਕਾਨੂੰਾਈ ਬਣਾ ਕੇ ਮੈਂ ਬਿਲਕੁਲ ਚੱਲਣਾ ਦਸਨੀਆ ਕਰਤੂਤਾ ਸਾਡਾ ਇੱਕੋ ਇੱਕ ਟੀਚਾ ਹੈ ਖਰੀ ਚੌਧਰੀ ਨੂੰ ਜੰਨੀ ਨੂੰ ਤੇ ਵਿਜੇ ਟਿੰਕੂ ਨੂੰ ਨੰਗਾ ਕਿਵੇਂ ਕਰਨਾ ਪਰਦਾ ਫਾਸਟ ਵਿੱਚ ਕਰਨਾ ਹੈ ਕਰਤੂਤਾ ਦਾ ਭ੍ਰਸ਼ਟਾਚਾਰ ਦਾ ਈਡੀ ਰੇਜ਼ ਦਾ ਮੀ ਟੂ ਦਾ ਮੈਂ ਕੀ ਕੁਝ ਕਹਾਂ ਕੰਗਸਾਬ ਅਗਰ ਹਰੀਸ਼ ਚੌਧਰੀ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੀ ਸਰਕਾਰ ਚੋਂ ਸੈਕ ਆਊਟ ਕੀਤੇ ਹੋਏ ਮਨਿਸਟਰ ਨੇ ਕਤਲ ਦਾ ਇਲਜ਼ਾਮ ਵੀ ਉਹ ਭੋਗ ਰਹੇ ਨੇ ਉਹਨਾਂ ਤੇ ਚੱਲ ਰਿਹਾ ਤੇ ਪੰਜਾਬ ਦੇ ਅੰਦਰ ਉਹ ਜਿਸ ਤਰੀਕੇ ਨਾਲ ਐਸ਼ਾ ਮਾਨ ਰਹੇ ਨੇ ਕਾਂਗਰਸ ਪਾਰਟੀ ਦੇ ਬੈਨਰ ਦੇ ਤਹਿਤ ਉਹ ਕਿੱਥੇ ਤੱਕ ਜਾਇਆ ਜਾ ਤੇ ਇਹਦੇ ਵਿੱਚ ਕਿਹਦੀ ਮੇਲੀ ਭੁਗਤ ਲੱਗਦੀ ਹੈ ਦੇਖੋ ਉਹ ਬਿਲਕੁਲ ਜਾਇਜ਼ ਹੈ ਮਤ ਭਾਗਾ ਨਾ ਜਾਇਜ਼ ਉਹਦੇ ਬਾਰੇ ਕੈਪਟਨ ਸਾਹਿਬ ਨੇ ਬੜਾ ਖੁਲਾਸਾ ਕੀਤਾ ਮੈਂ ਸਾਰੀਆਂ ਕਟਿੰਗ ਮਡੀਆਂ ਅੱਜ ਮੈਂ ਉਹ ਕ੍ਰਿਮਲ ਵੀ ਰਹਾ ਬੇਲ ਵੀ ਚੱਲ ਰਹੀ ਹੈ ਜੋ ਮੈਂ ਪੜਿਆ ਕਿਤੇ ਜੀ ਮੈਨੂੰ ਨੌਲੇਜ ਨਹੀਂ ਹੈ ਪੂਰੀ ਡਿਟੇਲ ਮੈਂ ਪੜਿਆ ਕੈਪਟਨ ਸਾਹਿਬ ਨੇ ਕੈਪਟਨ ਸਾਹਿਬ ਨੇ ਡਿਸੰਬਰ ਨੂੰ ਬਿਆਨ ਦਿੱਤਾ ਉਹ ਵਾਰੀ ਚੋਂ ਬਿਆਨ ਕੋਈ ਨਹੀਂ ਆਇਆ ਜੇ ਰਿਚੋ ਸੱਚਾ ਹੁੰਦਾ ਜੀ ਬਿਆਨ ਸੀ ਕੈਪਟਨ ਸਾਹਿਬ ਛਪਿਆ ਟ੍ਰਿਬਿਊਨ ਚ ਜਿਸ ਦਿਨ ਦਾਸਦਾ ਉਹਦਾ ਗੱਲ ਆ ਦੇਖੋ ਉਹ ਮੇਰਾ ਕਾਗਜ਼ ਕਿੱਥੇ ਹੈ ਕਾਗਜ਼ ਮੇਰਾ ਉਹ ਕਾਗਜ਼ ਮੇਰਾ ਮੁੰਡਿਓ ਆ ਦੇਖੋ ਆ ਦੇਖੋ ਜੋ ਕੈਪਟਨ ਸਾਹਿਬ ਨੇ ਦਿੱਤਾ ਟ੍ਰਿਬਿਊਨ ਛਪਿਆ ਹੈ ਉਹਦਾ ਜਵਾਬ ਦਿੰਦਾ ਕੈਪਸਲ ਗਲਤ ਕਹਿ ਰਹੇ ਇਜ਼ਾ ਚੰਨੀ ਸੀਐਮ ਦੀ ਮਹਿਮਾਨ ਨਿਵਾਜ਼ੀ ਆਪਣਾ ਕਰ ਰਿਹਾ ਉਹ ਜੀ ਇੰਜੋਏ ਕਰ ਰਹੇ ਇਸ ਕਰਕੇ ਇਹ ਗੱਲਾਂ ਸਾਰੀਆਂ ਫੈਸਲਾ ਜਨਤਾ ਕਰੇਗੀ ਪੰਜਾਬ ਦੀ ਗੁਰੂ ਮਹਾਰਾਜ ਕਹੇਗਾ ਮਾਤਾ ਵੈਸ਼ਨੂ ਦੇਵੀ ਦਾ ਭਗਤ ਹੈ ਮੈਂ ਗੁਰੂ ਸਾਹਿਬ ਦੇ ਸਿੱਖ ਹੈ ਅਸੀਂ ਜਨਤਾ ਪੰਜਾਬ ਦੀ ਕਰੇਗੀ ਔਰ ਮੈਂ ਕਹਾਗਾ ਏ ਗੁਰੂ ਮਾਰ ਮੈਂ ਜਾਣੇ ਦਸਤਕੇ ਮੈਂ ਕਿ ਮੈਂ ਚਮਕੌਰ ਸਾਹਿਬ ਜਾ ਕੇ ਅਰਦਾਸ ਕਰਨੀ ਹੈ ਪ੍ਰੈਸ ਨੂੰ ਨਾਲ ਲੈ ਕੇ ਇਹ ਪਰਮਪિતા ਪਰਮਾਤਮਾ ਗੁਰੂਬਿੰਦ ਸਿੰਘ ਮਹਾਰਾਜ ਤੇਰੇ ਸਹਬਜ਼ਾਦੇ ਭੀਖ ਵਗਣ ਆਏ ਆ ਦੁੱਧ ਦੁੱਧ ਪਾਣੀ ਪਾਣੀ ਕਰੀ ਜੇ ਮੈਂ ਗਲਤ ਕੁਛ ਕੀਤਾ ਪੰਜਾਬ ਦੇ ਵਿੱਚ ਜਾਂ ਚੈਨੀ ਖਿਲਾਫ ਮੇਰਾ ਕੱਖ ਨਾ ਰਹੇ ਜੇ ਉਹਨੇ ਕੀਤਾ ਤਾਨੂੰ ਉਜਾੜ ਤੋਂ ਨੰਗਾ ਕਰ ਦੋ ਉਹਨੂੰ ਉਹਦੇ ਚੌਧਰੀ ਹਰੀ ਚੌਧਰੀ ਨੂੰ ਟਿੰਕੂ ਨੂੰ ਜਗਜਹਰ ਕਰ ਦੋ ਤਾਂ ਕਿ ਲੋਕਾਂ ਨੂੰ ਹੱਥ ਹੋ ਜੇ ਵੀ ਜਗਮੂਨ ਕੰਗ ਨੇ ਬੀੜਾ ਚੱਕਿਆ ਇਨਸਾਫ ਦੇ ਖਿਲਾਫ ਇਨਸਾਫ ਨੂੰ ਬੁਲੰਦ ਕਰਨ ਵਾਸਤੇ ਗਲਤ ਨਹੀਂ ਚੱਕਿਆ ਜਗਮੂਨ ਕੰਗ ਲੋਕਾਂ ਦੇ ਨੇਤਾ ਦੱਸੇ ਜਾਂਦੇ ਨੇ ਮੋਰਿੰਡੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਦੀ ਆਵਾਜ਼ ਵੀ ਜਿਹੜੀ ਹੈ ਉਹ ਜਗਮੂਨ ਕੰਗ ਦੇ ਨਾਲ ਹੀ ਆ ਰਹੀ ਹੈ ਲੋਕਾਂ ਦੀ ਲੇਕਿਨ ਅਗਰ ਸੀਐਮ ਚਰਨਜੀਤ ਚੰਨੀ ਦੀ ਕਾਂਗਸਾਪ ਗੱਲ ਕੀਤੀ ਜਾਵੇ ਤਾਂ ਚਮਕੌਰ ਸਾਹਿਬ ਤੋਂ ਵੀ ਉਹ ਲੜਨਗੇ ਤੇ ਪਹਾੜ ਤੋਂ ਵੀ ਲੜਨਗੇ ਕੀ ਮੁੱਖ ਕਾਰਨ ਦੱਸਦੇ ਹੋ ਕਾਂਗਰਸ ਦੇ ਨਾਲ ਮਜ਼ਬੂਤ ਹੋਏਗੀ ਜਾਂ ਚੰਨੀ ਨੂੰ ਕਿਸੇ ਤਰੀਕੇ ਦਾ ਡਰ ਪੈ ਗਿਆ ਦੇਖੋ ਜਿਹੜੀ ਗੱਲ ਜਗ ਜਹਾਰ ਹੈ ਪ੍ਰਤੱਖ ਨੂੰ ਨਾਲ ਲੋੜ ਨਹੀਂ ਔਰ ਕਹਿੰਦੇ ਕੀ ਲੋੜ ਹੈ ਜੋ ਮੇਰੀ ਬੜਕ ਸੁਣੀਏ ਨੇ ਜਾ ਕੇ ਮਾਰਿਆ ਦਵਕਾ ਇਹਨੂੰ ਪ੍ਰੈਸ ਕਾਨਫਰੰਸ ਕੀਤੀ ਬੰਦੇ ਨੂੰ 15 ਬੁਲਾਏ ਸੀ ਇਲਾਕੇ ਦੇ ਆ ਗਏ 200 ਬੰਦਾ ਜਿਹੜੇ ਸਰਕਟ ਬੰਦੇ ਉੱਥੇ ਪੰਜ ਸਰਪੰਚ ਐਮ ਸੀ ਸਾਹਿਬ ਕਾਇਮ ਸੀ ਕਾਂਗਰਸੀ ਆਗੂ ਇਹਨੂੰ ਟਟੀਆਂ ਲੱਗੀਆਂ ਅਰ ਉਸ ਤੋਂ ਬਾਅਦ ਸਾਡੇ ਪਿੰਡ ਗਿਆ ਬੂਰ ਮਾਦਰੇ ਜੱਦੀ ਪਿੰਡਾਂ ਅਸੀਂ ਮਰ ਅਰਦਾਸ ਕਰਕੇ ਗੁਰੂ ਮਬੀ ਪਿੰਡ ਵਾਲੇ ਤੁਹਾਡੇ ਪੁੱਤ ਪੋਤੇ ਨੂੰ ਇਹਨੇ ਦਲੀਲ ਕੀਤਾ ਉਹਨਾਂ ਬੈਠਣ ਨਹੀਂ ਤਾ ਤੇ ਜੀ ਘਰ ਵਾਲੀ ਕਹਿੰਦੀ ਚੰਨੀ ਦੀ ਘਰ ਵਾਲੀ ਸਾਡੀ ਭੈਣ ਕਹਿੰਦੀ ਕਿ ਜੀ ਤੁਸੀਂ ਸ਼ਰਬੋਟਾਂ ਪਾਉਗੇ ਭਗਵੰਤ ਮਾਨ ਸ਼ਰਾਬੀ ਨੂੰ ਤੁਲਨਾ ਕਰੋ ਸਾਡੇ ਬੰਦੇ ਬੋਲੇ ਕਹਿੰਦੇ ਗੱਲ ਸੁ ਬੀਬੀ ਸੋਚ ਕੇ ਬੋਲ ਤੁਸੀਂ ਕਿੰਨੀ ਸ਼ਰਾਬਂ ਢੀਏ ਸਾਰਿਆਂ ਦੇ ਇੱਕ ਬੰਦਾ ਮਰ ਗਿਆ ਸ਼ਰਾਬੀ ਦੇ ਦੋ ਮੁੰਡੇ ਮਰ ਗਏ ਇਹਨਾਂ ਗੱਲਾਂ ਹੋਰ ਪਾਸੇ ਜਾ ਕੇ ਕਰਿਓ ਸਾਨੂੰ ਸਾਰਾ ਪਤਾ ਹੈ ਬੈਠੇ ਹੀ ਭੱਜ ਗਏ ਉੱਥੋਂ ਆ ਗਏ ਚੰਨੀ ਚਲਿੰਦਾ ਬੇਟਾ ਸੀ ਵਾਈਫ ਸੀ ਦੋ ਜੱਟ ਸਾਥੀ ਹੋ ਸੀ ਹੁਣ ਕੰਗ ਸਾਬ ਅੱਗੇ ਦੀ ਕਿਸ ਤਰੀਕੇ ਦੀ ਰਣਨੀਤੀ ਰਹੇਗੀ ਯਾਦਵਿੰਦਰ ਕੰਗ ਨੂੰ ਜਿਹੜਾ ਹੈਗਾ ਉਹ ਪੂਰੇ ਤਰੀਕੇ ਨਾਲ ਪ્યોਰ ਸਪੋਰਟ ਕਰਦਾ ਹੋਇਆ ਰਾਜਨੀਤੀ ਦੇ ਵਿੱਚ ਪੂਰੇ ਤਰੀਕੇ ਨਾਲ ਉਤਾਰ ਦੇਗਾ ਦੇਖੋ ਇੱਕ ਗੱਲ ਬੜੀ ਸਰਪ੍ਰਸਤ ਹੈ ਮੇਰਾ ਬੇਟਾ ਸਿਵਲ ਇੰਜੀਨੀਅਰ ਹੈ ਪਰ ਉਹ ਹੋਰ ਹੈ ਸੀਨੀਅਰ ਵਾਈਸ ਚੇਅਰਮੈਨ ਇਨਫੋਟੈਕ ਰਿਹਾ ਹੈ ਬਹੁਤ ਇੰਟੈਲੀਜੈਂਟ ਹੈ ਪੜਿਆ ਲਿਖਿਆ ਅਰੋਸ ਤੋਂ ਬਾਅਦ ਇਹ ਨਵਾਂ ਨਹੀਂ ਆਇਆ ਉਹ ਟਿਕਟਿਸ ਕਰ ਨਹੀਂ ਮਿਲਨੀ ਸੀ ਜਾਂ ਮੰਗੀ ਸੀ ਅਸੀਂ ਕਿ ਉਹ ਮੇਰਾ ਬੇਟ ਹੈ ਜਦੋਂ ਪਿੱਛੇ ਇਲੈਕਸ਼ਨ ਸੀ ਲੋਕ ਸਭਾ ਦੇ ਉਦੋਂ ਵੀ ਉਹ ਪੈਨਲ ਚ ਨਾਮ ਗਿਆ ਸੀ ਉਸ ਕੋਲ ਕੋਟੇ ਵੱਲੋਂ ਸਿਟੀ ਮੈਂਬਰ ਜ਼ਿਲ੍ਹਾ ਪਰਿਸ਼ਦ ਦਾ ਇਸ ਕਰਕੇ ਉਹਦਾ بڑا ਹੱਕ ਸੀ ਆਪਾਂ ਆਮ ਦੇਖਣ ਚਾਹੁੰਦੇ ਡਾਕਟਰ ਦਾ ਮੁੰਡਾ ਡਾਕਟਰ ਵਕੀਲ ਦਾ ਵਕੀਲ ਕਰ ਉਹ ਇਸ ਕਰਕੇ ਜੇ ਸਾਡੇ ਬੱਚੇ ਜੋ ਡਿਜ਼ਰਵ ਕਰਦੇ ਉਹ ਨਹੀਂ ਰਿਜ਼ਰਵ ਕਰਦੇ ਇਹ ਸ਼ੌਕ ਹੈ ਸਿਆਸਤ ਦਾ ਸੇਵਾ ਕਰਨ ਦਾ ਗਿਆਨੀ ਚਾਹੀਦੀ ਮੈਂ ਉਸ ਤੇ ਹੱਥ ਰੱਖਿਆ ਮੈਨੂੰ ਸਾਰੇ ਕ੍ਰੈਡੈਂਸ਼ਲ ਪਤਾ ਹੁੰਦੇ ਲਾਕਸਰਾਂ ਜਾਣਦੇ ਤੇ ਜੇ ਕੱਲ ਨੂੰ ਕੰਗ ਸਾਬ ਹਾਈ ਕਮਾਂਡ ਦਾ ਕੋਈ ਹੁਕਮ ਆਂਦਾ ਜਾਂ ਹਾਈ ਕਮਾਂਡ ਕੋਈ ਵਿਚਾਰ ਵਟਾੰਦਰਾ ਕਰਦੇ ਹੋਏ ਦੁਬਾਰਾ ਤੋਂ ਕਹਿੰਦੀ ਹੈ ਕਿ ਕੰਗ ਸਾਬ ਤੁਸੀਂ ਸਾਡੇ ਲਈ ਜੋ ਕੀਤਾ ਉਹ ਸ਼ਾਇਦ ਕੋਈ ਨੇਤਾ ਪੰਜਾਬ ਚ ਨਾ ਕਰੇ ਤਾਂ ਕੀ ਲੱਗਦਾ ਵੀ ਕਦਮ ਪਿੱਛੇ ਵੀ ਪੁੱਟਿਆ ਜਾ ਸਕਦਾ ਦੇਖੋ ਮੈਂ ਜੋ ਮੇਰੀ ਪ੍ਰੈਸ ਕਾਨਫਰੈਂਸ ਹੋਈ ਸੀ ਆਪਣਾ ਮਾਊਂਟਿਊ ਕੁਝ ਦਿਨ ਪਹਿਲਾਂ ਉੱਥੇ ਮੈਂ ਕਹਿਆ ਸੀ ਗੱਲ ਉਦੋਂ ਕਈ ਦਿਨ ਲੰਘ ਗਏ ਮੈਂ ਕਿਹਾ ਸੀ ਕਿ ਮੈਨੂੰ ਆਪਣਾ ਜੇ ਹਾਈ ਕਮਾਂਡ ਰਿਵਰਸ ਕਰਦੀ ਹੈ ਪੈਸਾ ਮੈਨੂੰ ਹੈਲਪ ਨਹੀਂ ਕਰਦੀ ਇਨਸਾਫ ਕਰਦੀ ਹੈ ਤਾਂ ਮੈਂ ਸੋਚ ਲਾਂਗਾ ਮੈਨੂੰ ਇੱਕ ਦੋ ਫੋਨ ਕਾਲ ਆਏ ਵੀ ਲੇਕਿਨ ਮੈਂ ਨਹੀਂ ਮੰਨਿਆ ਮੈਂ ਕਿਹਾ ਗੱਲ ਸੁਣੋ ਮੈਂ ਕਿਹਾ ਮੈਂ ਕਾਂਗਰਸ ਪਾਰਟੀ ਨੂੰ ਜਿਹਨੇ ਮੈਨੂੰ ਸਭ ਕੁਝ ਦਿੱਤਾ ਮਿਨਿਸਟਰ ਬਣਾਇਆ ਅਹੁਦਾ ਬਣਾਇਆ ਉਹ ਸਭ ਕੁਝ ਦਿੱਤਾ ਪਰ ਮੇਰੀ ਹੁਣ ਪਿੱਟ ਛੋਰਾ ਮਾਰਿਆ ਚੰਨੀ ਰਾਹੀਂ ਕਿਉਂਕਿ ਮੈਂ ਕਾਂਗਰਸ ਨੂੰ ਆਪਣੀ ਮਾਂ ਸਮਝਦਾ ਸੀ ਪਰ ਜਿਹੜੀ ਮਾਂ ਆਪਣੇ ਬੱਚੇ ਦਾ ਕਤਲ ਕਰ ਦੇ ਉਹਨੂੰ ਕੋਈ ਹੱਕ ਨਹੀਂ ਮਾਂ ਕਹਿੰਦਾ ਮੈਂ ਦੁਖੀ ਦਿਲ ਨਾਲ ਗੱਲ ਕਰ ਰਿਹਾ ਤੇ ਹੁਣ ਆਯਾਦਵਿੰਦਰ ਕੰਗ ਜੇ ਇਲੈਕਸ਼ਨ ਲੜਦੇ ਨੇ ਤਾਂ ਕਿਹੜੇ ਇਲਾਕੇ ਤੋਂ ਤੁਸੀਂ ਉਹਨਾਂ ਨੂੰ ਉਤਾਰਦੇ ਹੋਏ ਆਪਣੀ ਉਸੇ ਇਲਾਕੇ ਤੋਂ ਖੜਾ ਕਰੋ ਮੈਂ ਤੁਹਾਨੂੰ ਦੱਸਦਾ ਨੇ ਜਿਸ ਸਾਲ ਜੋ ਮੇਰੀ ਕਰਮ ਭੂਮੀ ਪਹਿਲਾਂ ਮੁਰੰਡਾ ਸੀ 92 ਤੋਂ 92 ਕਈ ਸਾਲ ਦੌਰ MLA ਬਣਿਆ ਫਿਰ ਮੈਂ ਖੜਾ ਆ ਗਿਆ ਜੋ ਮੇਰੀ ਕਰਮ ਭੂਮੀ ਖੜੜਾ ਹੈ ਹੁਣ ਜਿਹੜੀ ਓਪਨ ਸੀਟ ਹੈ ਉੱਥੇ ਹਮੇ ਰੱਖ ਲੈਣਾ ਸਭ ਸਾਥੀਆਂ ਨਾਲ ਲੈ ਕੇ ਠੋਕ ਕੇ ਲੜਨੇ ਬਰਹਾਲ ਦੋਸਤੋ ਅਗਰ ਗੱਲ ਕੀਤੀ ਜਾਵੇ ਜਗਮਉਨ ਸਿੰਘ ਕੰਗਜੀ ਦਿੱਤਾ ਉਹਨਾਂ ਦੇ ਲਫ਼ਜ਼ਾਂ ਤੋਂ ਪੂਰੇ ਤਰੀਕੇ ਨਾਲ ਸਾਫ਼ ਹੈ ਕਿ ਉਹ ਕਦਮ ਪਿੱਛੇ ਹਟਾਉਣ ਵਾਲੇ ਨਹੀਂ ਅਤੇ ਉਹਨਾਂ ਦੇ ਚਲਦੇ ਉਹਨਾਂ ਦੇ ਜਿਹੜੇ ਸਮਰਥਕ ਇੱਕ ਸੁਰ ਹੋ ਕੇ ਜਿਹੜਾ ਹੈਗਾ ਉਹਨਾਂ ਦਾ ਸਾਥ ਦੇਣ ਦੀ ਗੱਲ ਕਰ ਰਹੇ ਨੇ ਤਾਂ ਇਹ ਗੱਲ ਜਿਹੜੀ ਹੈ ਕਿਤੇ ਨਾ ਕਿਤੇ ਕਾਂਗਰਸ ਦੇ ਲਈ ਵੱਡੀ ਮੁਸੀਬਤ ਬਣ ਸਕਦੀ ਹੈ ਹੁਣ ਅੱਗੇ ਵੇਖਣਾ ਹੋਵੇਗਾ ਕਿ ਕਾਂਗਰਸ ਕਿਸ ਤਰੀਕੇ ਦਾ ਕਦਮ ਪੁੱਟਦੇ ਹੋਏ ਕੀ ਪ੍ਰਤੀਕਿਰਿਆ ਸਾਹਰ ਕਰਦੀ ਹੈ ਬਰਹਾਲ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਗਗਨਦੀਪ ਨਾਰੰਗ ਟੀਵੀ ਪੰਜਾਬ ਚੰਡੀਗੜ੍ਹ ਸਤਿ ਸ੍ਰੀ ਅਕਾਲ ਜੀ ਮੈਂ ਨਰਮਲ ਮਾਨ ਬਟ ਡੈਕਸਰਲ ਮਿਲ ਤੋਂ ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ ਇਹੋ ਜੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇਹ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾ ਦਿਓ ਸਸ ਸਤਿ ਸ਼੍ਰੀ ਅਕਾਲ